ਸ਼ਿਕਾਰ ਜੀ ਸੰਧੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਪਿੰਡ ਸ਼ਾਜਲਾ ਜ਼ਿਲ੍ਹਾ ਸੰਗਰੂਰ ਤੋਂ ਬਣਾਉਣ ਲੱਗਿਆ। ਨੇੜੇ ਸ਼ਾਜਲੀ ਰਹਿ ਜਾਂਦਾ, ਸ਼ਾਜਲਾ ਸ਼ਾਜਲੀ ਨੇੜੇ ਨੇੜੇ ਪਿੰਡ ਹੈ, ਮਸ਼ਹੂਰ ਪਿੰਡ ਹੈ ਸੰਗਰੂਰ ਜ਼ਿਲ੍ਹੇ ਦੇ। ਜੇ ਮੈਂ ਕਹਾਂ ਕਿਉਂ ਸ਼ਾਜਲੀ ਵੀ ਉਹ ਨਗਰ ਹੈ ਜਿਹੜਾ ਕਾਫੀ ਵੱਡਾ, ਕਾਫੀ ਵੱਡੀ ਬੋਟ ਕਹਿ ਸਕਦੇ ਹਾਂ ਆਪਾਂ, ਕਾਫੀ ਵੱਡਾ ਏਰੀਆ ਤੇ ਉਹ ਸ਼ਾਜਲੀ ਪਿੰਡ ਦੇ ਨੇੜੇ ਪਿੰਡ ਰਹਿ ਜਾਂਦਾ ਸ਼ਾਜਲਾ। ਤੇ ਉਸ ਆਪਾਂ ਸ਼ਾਜਲੇ ਬੀੜ ਦੇ ਜਿਹੜੇ ਆਪਾਂ ਤੁਹਾਨੂੰ ਪਸ਼ੂ ਦਿਖਾਉਣ ਆਏ ਹਾਂ, ਤੇ ਇੱਕ ਪਸ਼ੂ ਇਹਨਾਂ 'ਚ ਸੇਲ ਕਰਨਾ। ਪਸ਼ੂ ਬਾਈ ਲਵੇ ਕਾਫੀ ਹੈ, ਸਾਰੇ ਚੰਗੇ ਰਿਕਾਰਡ ਦੇ। ਕਿਉਂ ਜਦੋਂ ਸ਼ੁਰੂ 'ਚ ਬੰਦਾ 5-7 ਪਹਿਲਾਂ ਸਾਲ ਪਹਿਲਾਂ ਜਦੋਂ ਮਿਹਨਤ ਕਰਨ ਲੱਗਦਾ, ਸੀਮਨ ਲਗਾਉਣੇ ਸ਼ੁਰੂ ਕਰਦਾ, ਫਿਰ ਉਹਦੇ ਰਿਜ਼ਲਟ ਆਟੋਮੈਟਿਕ ਹੀ ਮਿਲਣ ਲੱਗ ਜਾਂਦੇ ਆ। ਹਨਾ, ਇੱਕੋ ਦਮ ਤਾਂ ਕੋਈ ਵੀ ਚੀਜ਼ ਤਿਆਰ ਨਹੀਂ ਹੁੰਦੀ ਹੁੰਦੀ, ਸਮਾਂ ਲੱਗਦਾ ਹੁੰਦਾ ਕਿਸੇ ਵੀ ਚੀਜ਼ ਨੂੰ ਨਸਲ ਸੁਧਾਰਨ ਨੂੰ, ਕਹਿ ਲਈਏ ਆਪਾਂ ਵੀ। ਬਾਕੀ ਜੇ ਕਹੀਏ ਏਰੀਆ ਵੀ ਕਾਫੀ ਚੰਗਾ, ਜੇ ਇਹ ਲਹਿਰਾ ਕਾਕਾ ਏਰੀਆ, ਜਦੋਂ ਉਹੀ ਗੱਲ ਆ, ਪਹਿਲਾਂ ਵੀ ਇੱਕ ਦੋ ਵਾਰੀ ਆਪਾਂ ਵੀਡੀਓ 'ਚ ਕਿਹਾ ਵੀ ਜਦੋਂ ਆਪਣੀ ਲਹਿਰੇ ਮੰਡੀ ਲੱਗਦੀ ਹੁੰਦੀ ਸੀ ਨਾ, ਜਿਹੜੇ ਉਹ ਸੱਜਣ ਉਹ ਮੰਡੀ 'ਚ ਆਉਂਦੇ ਹੁੰਦੇ ਤੇ ਉਦੋਂ ਉਹ ਉਹਨਾਂ ਨੂੰ ਪਤਾ ਵੀ ਲਹਿਰਾ ਕਾਕਾ ਕੀ ਚੀਜ਼ ਹੈ ਏਰੀਆ। ਹੈ ਨਾ, ਉਸ ਏਰੀਏ ਲਹਿਰੇ ਕਾਕੇ ਏਰੀਏ 'ਚ ਵੀਡੀਓ ਬਣਾਵਾਂਗੇ। ਤੇ ਝੋਟੀਆਂ ਆਪਾਂ ਤੁਹਾਨੂੰ ਬਾਈ ਦੀਆਂ ਸਾਰੀਆਂ ਦਿਖਾਵਾਂਗੇ। ਇੱਕ ਪਸ਼ੂ ਸੇਲ ਕਰਨਾ, ਉਹਦੇ ਬਾਰੇ ਵੀ ਆਪਾਂ ਡਿਟੇਲ ਲਵਾਂਗੇ ਵੀ ਕਿੰਨੇ ਰੇਟ ਦੀ ਆ। ਆ ਜਾ ਬਾਈ ਨਾਲ ਮਿਲਾ ਦਿੰਦੇ ਆ। ਹੋਰ ਬਾਈ ਠੀਕ ਆ? ਹਾਂ, ਆ ਝੋਟੀ ਬਾਈ ਨੇ ਸੇਲ ਕਰਨੀ ਆ, ਤੇ ਆ ਝੋਟੀ ਦੇਖੋ ਸਾਰਿਆਂ ਨੇ ਆਪਾਂ ਸੀਮਨ ਨੇ ਪੁੱਛਾਂਗੇ ਵੀ ਇਹਦੀ ਡਿਟੇਲ ਆਪਾਂ ਬਾਅਦ ਚ ਲਵਾਂਗੇ। ਜਿਹੜੀ ਆ ਝੋਟੀ ਖੜੀ ਇਹਦੇ ਬਾਰੇ ਦੱਸ ਲਾਈਗਾ ਮਨ ਨੇੜੇ ਤਾਂ ਮੇਰੇ ਆ ਝੋਟੀ ਦਿਖਾ, ਇਹਦੀ ਕੀ ਗੱਲ ਬਾਤ ਆ, ਕਿਹੜੀ ਸੀਮਨ ਦੀ ਇਹ? ਇਹਦੇ ਆਪਣੇ ਮੋੜਾ ਸੰਦੀ ਆ, ਹਰਿਆਣੇ ਤੋਂ ਸੀਮਨ ਲੈ ਕੇ ਆਏ ਸੀ ਡਾਕਟਰ ਆਪਣਾ। ਠੀਕ ਹੈ, ਠੀਕ ਹੈ। ਹਾਂ ਬਟ ਠੀਕ ਹੈ, ਇਹ ਡਰਾਈ ਹੋ ਗਈ ਨਾ ਤੁਸੀਂ? ਹਾਂ, ਤਾਂ ਤੂੰ ਡਰਾਈ ਹੋ ਗਈ ਵੀਰੇ, ਅਗਰ ਮੈਂ ਮਨ ਦੋ ਨੌਵਾਂ ਮਹੀਨਾ ਲੱਗ ਲੈ ਇਹਨੂੰ। ਠੀਕ ਆ, ਹਾਂ ਹਾਂ, ਨਾ ਉਹੀ ਗੱਲ ਆ ਜਿਵੇਂ ਅੱਗੇ ਅੱਗੇ ਵੀ ਦੇਖਿਆ, ਸਾਰੇ ਦੇਖਾ ਅੱਗੇ ਝੋਟੀਆਂ ਸਾਰੀਆਂ ਬਾਈ ਨੇ ਚੰਗੀਆਂ ਤਿਆਰ ਕਰਨੀਆਂ। ਮਿਹਨਤ ਆ ਜੇ ਇਹ ਕਹੀਏ, ਮਿਹਨਤ ਨਾਲ ਸਾਰਾ ਕੁਛ ਹੋ ਜਾਂਦਾ। ਤੇ ਜਿਹੜੀ ਇਹ ਮੀਨੀ ਮੈਂ ਵੇਚਾਂਗੇ ਆਪਾਂ, ਇਹਦਾ ਕਿਹੜਾ ਸੂਆ? ਇਹ ਦੂਜਾ ਸੂਆ ਵੀਰੇ, 3.5 ਸਾਲ ਦੀ ਉਮਰ ਹੋ ਗਈ। 3.5 ਸਾਲ ਦੂਜੇ ਸੂਏ ਸੁੱਤਿਆ ਸੂਏ ਆਪਣੇ ਬੱਚੇ ਉਹ ਖੜੇ ਨੇ ਬਾਈ, 16 ਮਹੀਨੇ ਦੀ ਛੁੱਟੀ ਕਰ। 3.5 ਸਾਲ ਤੱਕ 4 ਦਿਨ ਦੇ ਹੋਣੀ ਨੰਦ ਪ੍ਰੋ ਬਈ ਆਪਾਂ ਦੇ। ਹਾਂ, 3.5 ਸਾਲ ਦੂਜਾ ਸੂਆ ਸੂਗੀ ਆ ਕਰੀ ਬਾਈ। ਹਾਂ, ਦਿਖਾ ਦੇ ਬਈ, ਦਿਖਾ ਦੇ। ਵਿਲੱਖਣੇ ਕਹਿ ਲੋ ਗੱਲ ਹੈ, ਕਿਉਂ ਜੇ ਖੀਰੀ ਝੋਟੀ ਸੂਗੀ ਤਾਂ ਚਾਂਸ ਹੁੰਦਾ ਵੀ 4 ਦੰਦ ਦੂਜੇ ਸੂਏ ਸੂਏ। ਹਾਂ, ਜੇ ਇਹ ਪਹਿਲੇ ਸੂਏ ਖੀਰੀ ਸੂਈ ਤੇ ਪਹਿਲੇ ਸੂਏ ਖੀਰੀ ਸੂਈ ਕਿੰਨਾ ਦੁੱਧ ਦਿੱਤਾ? 15 ਲੀਟਰ ਲਕਸ਼ਮੀ ਡੇਰੀ ਵਾਲਿਆਂ ਦਾ ਸੀਮਨ ਲੱਗਿਆ ਕਹਿੰਦਾ। ਤੇ ਇਹਦੀ ਥਣ ਲੇਵੇ ਦੀ ਗੱਲ ਕਹਿ ਲਈ, ਜੇ ਚੰਗਾ ਲੱਗਿਆ ਹੋਇਆ ਤਾਂ ਹੀ ਇਹਨੇ ਖੀਰੀ ਨੇ ਪਹਿਲਾਂ 15 ਕਿਲੋ ਦੁੱਧ ਚਵਾਇਆ, ਹੁਣ ਕਿੰਨੇ ਦਿਨ ਰਹਿੰਦੇ ਆ? ਸਿੰਘ ਜੇ ਉਹੀ ਗੱਲ ਆ, ਇੱਕ ਸਿੰਘ ਹਲਦਾ ਇੱਕ ਹਲਦਾ ਨੀ ਹੈਗਾ। ਕਿਉਂ ਜੇ ਪਿਓਰ ਮੀਣੀ ਦਾ ਕੰਮ ਉਹ ਜਿਹੜਾ ਥੱਲੇ ਵਾਲਾ ਕੰਮ ਉਹ ਅੱਡ ਹੈ, ਪਰ ਜੇ ਕਹੀਏ ਵੀ ਲੇਵੇ ਕਿੰਨੀ ਹੋ, ਲੇਵੇ ਕਿੰਨੀ ਹੋ ਤੇ ਥਣਾ ਕਿੰਨੀ ਹੋ, ਉਹ ਵਾਲੀ ਵਿਲੱਖਣ ਜੀ ਚੀਜ਼ ਆ। ਉਹ ਥਣ ਜਿਹੜਾ ਲੱਗਿਆ ਮਾੜੀ ਥੱਲੇ ਮਾੜੀ ਕੈਮਰਾ, ਆਹ ਚੀਜ਼ ਤਕੜੀ ਲੱਗੀ ਹੋਈ ਆ ਜਿਹੜੀ ਮੈਨੂੰ, ਆਹ ਚੀਜ਼ ਆ। ਇਹ ਚੀਜ਼ ਦਾ ਚੋਣ ਵੀ ਵੱਖਰਾ ਹੋਊਗਾ। ਤੇ ਬਾਕੀ ਦੁੱਧ ਨੂੰ ਤਾਂ ਬਾਈ ਕਹਿੰਦਾ ਜਦੋਂ ਖੀਰੀ ਨੇ 15 ਕਿਲੋ ਦਿੱਤਾ ਤਾਂ ਤੁਸੀਂ ਆਪ ਹਿਸਾਬ ਲਾ ਲਓ ਵੀ 4 ਦੰਦ ਨੇ। ਜੇ ਦੇਖਣ ਤੇ ਗੱਲ ਕਰੀਏ ਐਂ ਲੱਗੂਗਾ ਵੀ ਇਹ ਜਿੰਨੀ ਕੁ ਪਲੀ ਹੋਈ ਦੇ ਹਿਸਾਬ ਨਾਲ ਤਾਂ ਵੀ ਤੀਜਾ ਸੂਆ ਹੋਊ ਹੈ ਨਾ, ਪਰ ਜਿਹੜੀ ਦੰਦਾਂ ਦੀ ਮੇਨ ਰਿਕਾਰਡ ਆ ਵੀ 4 ਦੰਦ ਇਹ ਦੂਜਾ ਸੂਆ ਸੂਗੀ। ਦੇਖ ਲਓ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕਿੰਨੀ ਕੁ ਇਹਦੀ ਸਾਂਭ ਸੰਭਾਲ ਹੈ, ਕੀ ਕੇਅਰ ਹੈ, ਕਿੰਨੀ ਕੁ ਇਹਦੀ ਚਮੜੀ 'ਚ ਚਮਕ ਆ। ਬਈ ਪੈਸੇ ਕਿੰਨੇ ਹੋਣਗੇ ਇਹਦੇ? ਬਈ ਦੇਣ ਲੈਣਾ ਤਾਂ 85 ਦੇਵਾਂਗੇ ਬਈ, 1.85 ਜੋ ਕਰਾਂਗੇ ਛੋਟੇ ਛੱਪਾ ਹਨ, ਛੋਟੇ ਜਿਹਾ ਮੋੜ ਦੇ ਦਿੰਦੇ। ਹਾਂ, 1.85 ਜੋ ਕਰਾਂਗੇ। ਬਾਕੀ ਮੇਨ ਗੱਲ ਇੱਕ ਹੋਰ ਕਹਿੰਦਾ ਵੀ ਆਪਾਂ ਦੁੱਧ ਚਵਾ ਕੇ ਦੇ ਦਾਂਗੇ, ਮੇਨ ਗੱਲ ਮੈਂ ਦੁੱਧ ਹੀ ਚਵਾ ਕੇ ਦੇ ਦਾਂਗੇ। ਤੇ ਨੰਬਰ ਬੋਲ ਬਾਈ ਤੇਰਾ। 94650 1729 ਹਾਂ, ਇਹ ਨੰਬਰ ਆ ਪਿੰਡ ਸ਼ਾਜਲਾ। ਆ ਜਾ ਉਰੇ, ਆ ਜਾ, ਆ ਜਾ ਸਾਰੀ, ਆ ਜਾ, ਆ ਜਾ, ਆ ਜਾ, ਆ ਜਾ, ਆ ਜਾ।
जेडे अगे 40-40 किलो से लिजा सकते ने पईयां जे इन्हां दा रुझान रहा क्यों ए वीडियो वीडियो मुंडे सारे देखदे ने ऑटोमैटिक कोई भी चीज आ जो आप देखण लग जाने उस वल रुझान बन जाता है ना जे तुसीं अपना सुखजिंदर लोपो नूं देखण लग जाओ तां ऐ लगूगा वी आपां घोड़ी ले आईए जे तुसीं मझां दे चैनल देखण लग गए तां ऐ हुंदा वी आपां चंगी मझ रख लईए घरे यही सिस्टम है यही अगे कोई भी चीज आ कोई भी चीज नूं आपां जदों ज्यादा अंदरों दिमाग च अपने घर कर जांदी उह चीज आ ले ठीक है बई अपने चैनल नूं कर लियो सबसक्राइब लाइक शेयर जरूर कर दियो धन्यवाद।